प्यारे विद्यार्थियों स्वागत है आपका मेरे YouTube चैनल साहित्यिक जानकारी पे आज दी वीडियो ਵਿੱਚ ਆਪਾਂ वारिश शाह ਬਾਰੇ ਪੜਾਂਗੇ वारिश शाह ਬਾਰੇ ਸਾਰੇ ਜਾਣਦੇ ਆ ਦੇਖੋ ਇਹ ਬਹੁਤ ਹੀ ਪ੍ਰਸਿੱਧ ਕਵੀ ਹੈ ਜਿਹਦਾ ਕਿ ਹੀਰ ਰਾਂਝਾ ਦਾ ਕਿੱਸਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਠੀਕ ਹੈ ਤੇ ਇਹਦੇ ਜਨਮ ਬਾਰੇ ਦੇਖੋ ਵੀ ਕਈ ਥਾਵਾਂ ਦੇ ਵਿੱਚ ਮਤਭੇਦ ਪਾਇਆ ਗਿਆ ਜਿਵੇਂ ਪੰਜਾਬ ਯੂਨੀਵਰਸਿਟੀ ਲਾਹੌਰ ਪੰਜਾਬੀ ਵਿਭਾਗ ਦੇ ਇਸਮਤ ਉੱਲਾ ਨੇ ਤਾਂ ਕਿਹਾਗਾ ਵੀ ਇਹਦਾ ਜਿਹੜਾ ਜਨਮ ਹੈ ਉਹ 1706 ईसवी ਵਿੱਚ ਹੋਇਆ ਪਿਆਰਾ ਸਿੰਘ ਪਦਮ ਨੇ ਕਿਹਾ ਵੀ ਇਹਦਾ ਜਨਮ ਹੈ ਜਿਹੜਾ ਉਹ 1720 ਈਸਵੀ ਵਿੱਚ ਹੋਇਆ ਪਰ ਜਾਨੀ ਅਸਲ ਡੇਟ ਹੈ ਜਿਹੜੀ ਜਨਮ ਦੀ ਉਹ 1735 ਈਸਵੀ ਵਿੱਚ ਜੰਡਿਆਲਾ ਸ਼ੇਰਖਾਂ ਵਿਖੇ ਇਹਦਾ ਜਨਮ ਹੋਇਆ ਠੀਕ ਹੈ ਸ਼ਾਨ ਦੇ ਨੇ ਕਿਹੜਾ ਵਰਤ ਹੈ ਬੈਂਤ ਸ਼ੰਦ ਦੀ ਵਰਤੋਂ ਕੀਤੀ ਆਪਦੇ ਕਿੱਸੇ ਦੇ ਵਿੱਚ ਤੇ ਕਿੰਨੇ ਬੰਦ ਹੈ ਇਹਦੇ ਕਿੱਸੇ ਦੇ ਤਾਂ 621 ਬੰਦ ਠੀਕ ਹੈ ਸਦੀ ਹੈ ਜਿਹੜੀ ਉਹ 18ਵੀਂ ਹੈ ਤੇ ਭਾਸ਼ਾ ਮੁਹਾਵਰੇਦਾਰ ਠੇਠ ਪੰਜਾਬੀ ਕਿੱਸੇ ਦਾ ਅੰਤ ਜਿਹੜਾ ਕੀਤਾ ਉਹ ਦੁਖਾਂਤਕ ਹੈ ਪ੍ਰਸਿੱਧ ਕਿੱਸਾ ਇਹਦਾ ਹੀਰ ਰਾਂਝਾ ਤੇ ਰਸ ਜਿਹੜੇ ਜਿਹੜੇ ਇਹਨੇ ਵਰਤੇ ਆ ਦੇਖੋ ਸ਼ਿੰਗਾਰ ਰਸ ਪ੍ਰਧਾਨ ਰਸ ਹੈ ਇਹਦਾ ਸਭ ਤੋਂ ਇਸ ਤੋਂ ਬਿਨਾ ਅਦਭੁਤ ਰਸ ਕరుణਾ ਰਸ ਹਾਸ ਰਸ ਵੀ ਇਹਨੇ ਵਰਤੇ ਆ ਤੇ ਵਿਦਿਆ ਪ੍ਰਾਪਤੀ ਇਹਨੇ ਕਸੂਰ ਤੋਂ ਕੀਤੀ ਹੈ ਤੇ ਪੀਰ ਮੁਖਦੂਮ ਸੀ ਜਿਹੜਾ ਉਹ ਇਹਦਾ ਮੁਰਸ਼ਿਦ ਸੀਗਾ ਜਾਂ ਇਹਦਾ ਗੁਰੂ ਕਹਿ ਲਓ ਠੀਕ ਹੈ ਕਸੂਰ ਮਤਲਬ ਕਸੂਰ ਦੇ ਵਿੱਚ ਪੀਰ ਮੁਖਦੂਮ ਸੀ ਇਹਦਾ ਗੁਰੂ ਸੀਗਾ ਕਹਿੰਦੇ ਆ ਵੀ ਭਰਾ ਪਰਜਾਂਗਾ ਤੋਂ ਤੰਗ ਆ ਕੇ ਇਹ ਘਰ ਛੱਡ ਕੇ ਕਸੂਰ ਚਲਾ ਗਿਆ ਸੀ ਫਿਰ ਉੱਥੇ ਜਾ ਕੇ ਇਹਨੇ ਵਿਦਿਆ ਪ੍ਰਾਪਤੀ ਕੀਤੀ ਤੇ ਹੀਰ ਦਾ ਕਿੱਸਾ ਲਿਖਣ ਲਈ ਪ੍ਰੇਰਿਆ ਇਹਨੂੰ ਕਿਹਨੇ ਭਾਗਪਰੀ ਨੇ ਭਾਗਪਰੀ ਸ਼ਬਦ ਇਹਦੇ ਕਿੱਸੇ ਦੇ ਵਿੱਚ ਕਈ ਥਾਵਾਂ ਤੇ ਆਇਆ ਠੀਕ ਹੈ ਇਸ ਕਰਕੇ ਵੀ ਲੱਗਦਾ ਵੀ ਇਹ ਇਹਦਾ ਪ੍ਰੇਰਨਾ ਸਰੋਤ ਹੈ ਇਸ ਤੋਂ ਬਿਨਾ ਹੀਰ ਰਾਂਝਾ ਦੇ ਮੋਢਲੇ ਭਾਗ ਦਾ ਪ੍ਰੇਰਨਾ ਸਰੋਤ ਕਿਹੜਾ ਯਾਰਾਂ ਦੀ ਫਰਮਾਇਸ਼ ਠੀਕ ਹੈ ਤੇ ਸ਼ੈਲੀ ਕਿਹੜੀ ਹੈ ਦੀ ਸੂਤਰਕ ਤੇ ਪਾਤਰ ਕਿੰਨੇ ਨੇ 22 ਬਾਈ ਪੱਤਰ ਹੈ ਇਹਦੇ ਕਿੱਸੇ ਦੇ ਵਿੱਚ ਤੇ ਹੀਰ ਰਾਂਝੇ ਦਾ ਕਿੱਸਾ ਹੈ ਨ 1775 ਈਸਵੀ ਵਿੱਚ ਮਲਕਾ ਹਾਂਸ ਵਿਖੇ ਲਿਖਿਆ ਤੇ ਇੰਤਕਾਲ ਕਦੋਂ ਹੋਇਆ ਇਹਦਾ 1784 ਈਸਵੀ ਵਿੱਚ ਤੇ ਵਾਰਿਸ ਆਏ ਜਿਹੜਾ ਉਹ ਉੱਤਰ ਨਾਨਕ ਕਾਲ ਦਾ ਕਿੱਸਾਕਾਰ ਹੈ ਤੇ ਇਸ ਕਿੱਸੇ ਵਿੱਚ ਉਹਨੇ ਸਮਕਾਲੀ ਸਮਾਜ ਤੇ ਸੱਭਿਆਚਾਰ ਦਾ ਜ਼ਿਕਰ ਕੀਤਾ ਜਣੀ ਜਿਹੜਾ ਹੀਰ ਦਾ ਕਿੱਸਾ ਉਹਨੇ ਲਿਖਿਆ ਇਹਦੇ ਵਿੱਚ ਉਹਨੇ ਉਸ ਸਮੇਂ ਦੇ ਸਮਾਜ ਤੇ ਸੱਭਿਆਚਾਰ ਦਾ ਵੀ ਜ਼ਿਕਰ ਕੀਤਾ ਵਾਰਿਸ ਸ਼ਾਹ ਦੀ ਰਚਨਾ ਹੀਰ ਦੇ ਪ੍ਰਮੁੱਖ ਗੁਣ ਇੱਥੇ ਆਪਾਂ ਸਾਰੇ ਪੜਾਂਗੇ ਵੀ ਉਹਦੇ ਮੁੱਖ ਗੁਣ ਕਿਹੜੇ ਆ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਸਭ ਤੋਂ ਜ਼ਿਆਦਾ ਮਸ਼ਹੂਰ ਹੀਰ ਰਾਂਝੇ ਦਾ ਕਿੱਸਾ ਹੈ ਠੀਕ ਹੈ ਤੇ ਇਸ ਕਿੱਸੇ ਦੇ ਗੁਣ ਇਸ ਦੇ ਅਰਥਾਂ ਦੇ ਗੁਣ ਹੀ ਹਨ ਤੇ ਇਹ ਗੁਣ ਹੈ ਜਿਹੜੇ ਉਹ ਪਾਠਕਾਂ ਤੇ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਆ ਤੇ ਇਸ ਕਰਕੇ ਕੀ ਹੈ ਇਹਦੀ ਜਿਹੜੀ ਇਹ ਰਚਨਾ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਆਪਣੇ ਗੁਣਾ ਕਰਕੇ ਤਾਂ ਸਭ ਤੋਂ ਪਹਿਲਾ ਗੁਣ ਦੇਖੋ ਵੀ ਵਾਰਿਸ ਸ਼ਾਹ ਨੂੰ ਸੁਖਨ ਦਾ ਵਾਰਿਸ ਬਣਾਉਣ ਵਾਲੀ ਉਸ ਦੀ ਕਲਾ ਹੀ ਹੈ ਉਹ ਇੱਕ ਅਸਫਲ ਮਨੁੱਖ ਪਰ ਸਫਲ ਕਲਾਕਾਰ ਸੀ ਤੇ ਹੀਰ ਰਾਂਝੇ ਦੇ ਕਿੱਸੇ ਦੇ ਜਿਹੜੇ ਪੁਰਨੇ ਉਹ ਦਮੋਦਰ ਨੇ ਪਾਏ ਸਨ ਉਹ ਗੋਂਦ ਦਾ ਨਿਪੁੰਨ ਉਸਤਾਦ ਸੀ ਤੇ ਅਹਿਮਦ ਗੁੱਜਰ ਤੇ ਮੁਕਬਲ ਨੇ ਉਸੇ ਗੋਂਦ ਨੂੰ ਥੋੜੇ ਜੇ ਹੋਰ ਫੇਰ-ਫੇਰ ਨਾਲ ਕਬੂਲਿਆ ਤੇ ਹੀਰ ਰਾਂਝੇ ਦੇ ਕਿੱਸੇ ਦੀ ਗੋਂਦ ਪੰਜਾਬੀ ਦੇ ਦੂਜੇ ਕਿੱਸਿਆਂ ਦੀਆਂ ਗੋਂਦਾਂ ਤੋਂ ਬਧੇਰੇ ਮਜ਼ਬੂਤ ਤੇ ਉਤਸੁਕਤਾ ਭਰੀ ਹੈ ਠੀਕ ਹੈ ਤੇ ਦੂਜਾ ਗੁਣ ਦੇਖੋ ਇਹਦਾ ਦੂਜੇ ਗੁਣ ਦੇ ਵਿੱਚ ਕੀ ਆ ਦੇਖੋ ਵੀ ਕਿਸੇ ਵੀ ਮਤਲਬ ਕਿਸੇ ਦੇ ਵਿੱਚ ਸਭ ਤੋਂ ਵਧੀਆ ਕਿਸਮ ਜਿਹੜੀ ਮੰਨੀ ਜਾਂਦੀ ਹੈ ਉਹ ਮਨੁੱਖੀ ਸੁਭਾਅ ਦਾ ਅਨਪੰਮ ਚਿੱਤਰ ਖਿੱਚਿਆ ਗਿਆ ਹੋਵੇ ਜਿਹਦੇ ਵਿੱਚ ਉਹ ਮੰਨੀ ਗਈ ਆ ਲੋਕ ਉਸ ਚਿੱਤਰ ਨੂੰ ਦੇਖਦੇ ਹੀ ਮੋਹੇ ਜਾਂਦੇ ਆ ਤੇ ਮਨੋਵਿਗਿਆਨ ਦਾ ਮਾਹਰ ਸਦੀਆਂ ਵਿੱਚ ਇੱਕ ਅਦਾ ਹੀ ਹੁੰਦਾ ਜੋ ਉਸ ਨੂੰ ਮਤਲਬ ਕਿਸੇ ਖਾਸ ਦੇਸ਼ ਦੇ ਵਿੱਚ ਹੁੰਦਾ ਜਿਵੇਂ ਸ਼ੈਕਸਪੀਅਰ ਦੇ ਨਾਟਕਾਂ ਨੂੰ ਇਸੇ ਕਰਕੇ ਅਨਜੀਲ ਤੋਂ ਦੂਜਾ ਦਰਜਾ ਦਿੱਤਾ ਗਿਆ ਕਿਉਂਕਿ ਸ਼ੈਕਸਪੀਅਰ ਸ਼ੇਖ ਸਾਦੀ ਵਾਂਗ ਵਾਰਤਕ ਤੇ ਕਵਿਤਾ ਵਿੱਚ ਆਪਣੀ ਮਿਸਾਲ ਆਪ ਸੀ ਤੇ ਯੂਨਾਨ ਵਿੱਚ ਹੋਮਰ ਤੇ ਰੋਮ ਸਨ ਤੇ ਇਰਾਨ ਵਿੱਚ ਮੁਆਦੀ ਤੇ ਹਾਫਜ਼ ਇਸੇ ਤਰ੍ਹਾਂ ਇਹ ਪੰਜਾਬ ਵਿੱਚ ਵਾਰਿਸ ਸ਼ਾਹ ਸੀਗਾ ਜਿਹੜਾ ਉਹ ਮਨੁੱਖੀ ਸੁਭਾਅ ਤੋਂ ਜਾਣੂ ਸੀ ਠੀਕ ਹੈ ਇਸ ਕਰਕੇ ਕੀ ਹੈ ਵੀ ਵਾਰਿਸ ਸ਼ਾਹ ਦੀ ਇਹ ਕਵਿਤਾ ਦਾ ਵੀ ਇੱਕ ਗੁਣ ਹੈ ਇਸ ਕਿੱਸੇ ਦੇ ਵਿੱਚ ਇਹ ਬਹੁਤ ਹੀ ਵਧੀਆ ਗੁਣਾ ਵੀ ਹੈ ਮਨੁੱਖੀ ਸੁਭਾਅ ਤੋਂ ਜਾਣੂ ਹੋਏ ਇਸ ਦਾ ਅਗਲਾ ਗੁਣ ਦੇਖੋ ਅਗਲਾ ਗੁਣ ਕੀ ਹੈ ਵੀ ਇਹਦੇ ਵਿਚਲੇ ਨਾਟਕੀ ਲੱਛਣ ਹੈ ਕਿਉਂਕਿ ਵਾਰਿਸ ਸ਼ਾਹ ਜਿਹੜਾ ਉਹ ਲੋਕਨਾਟਕਾਂ ਵਿੱਚ ਵਰਤੇ ਨਾਟਕੀ ਵਾਰਤਾਲਾਪ ਦੀ ਮਹੱਤਤਾ ਨੂੰ ਸਮਝਦਾ ਸੀ ਕਿਉਂਕਿ ਕਿਸੇ ਉਹ ਆਪ ਇੱਕ ਚੰਗਾ ਗਵਈਆ ਸੀ ਤੇ ਉਸਨੇ ਅਨੁਭਵ ਕੀਤਾ ਕਿ ਜੇ ਵਾਰਤਾਲਾਪ ਨਾਟਕੀ ਹੋਵੇ ਤਾਂ ਲੋਕਾਂ ਵਿੱਚ ਚੰਗਾ ਰਸ ਵੱਜਦਾ ਤੇ ਕਹਾਣੀਆਂ ਜਿਹੜੀ ਉਹ ਜਿਉਣ ਲੱਗ ਪੈਂਦੀ ਹੈ ਠੀਕ ਹੈ ਤੇ ਅਗਲਾ ਪੁਆਇੰਟ ਦੇਖੋ ਇਹਦਾ ਤੇ ਵਾਰਿਸ ਸ਼ਾਹ ਦੁਆਰਾ ਲਿਖੇ ਜਿਹੜੇ ਹੀਰ ਰਾਂਝਾ ਦੇ ਕਿਸੇ ਨੂੰ ਪ੍ਰਸਿੱਧੀ ਮਿਲਣ ਦਾ ਇੱਕ ਇਹ ਕਾਰਨ ਵੀ ਸੀ ਕਿ ਵੀ ਇਹ ਕਿੱਸਾ ਇੱਕ ਦੁਖਾਂਤਕ ਰਚਨਾ ਹੋ ਨਿਬੜਿਆ ਠੀਕ ਹੈ ਕਿਉਂਕਿ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਇਹਦਾ ਆੰਤ ਕੀ ਹੋਇਆ ਦੁਖਾਂਤਕ ਸੀਗਾ ਜਦੋਂ ਪਾਠ ਕਿਸ ਵਿੱਚਲੇ ਦੁਖਾਂਤਕ ਅੰਸ਼ਾਂ ਵਿੱਚੋਂ ਗੁਜ਼ਰਦਾ ਤਾਂ ਉਸ ਦਾ ਅੰਦਰ ਜਿਹੜਾ ਉਹ ਪਸੀਜ ਜਾਂਦਾ ਠੀਕ ਕਿਉਂਕਿ ਉਸ ਨੂੰ ਕਈ ਵਾਰ ਐਵੇਂ ਲੱਗਣ ਲੱਗ ਜਾਂਦਾ ਵੀ ਜਿਵੇਂ ਵਾਰਿਸ ਨੇ ਉਸ ਦਾ ਆਪਣੇ ਜਾਂ ਆਪਣੇ ਕਿਸੇ ਨਜ਼ਦੀਕੀ ਦਾ ਦੁਖਾਂਤ ਕਿਸੇ ਵਿੱਚ ਮਤਲਬ ਵਰਣਨ ਕੀਤਾ ਜਾਂ ਕਿਸੇ ਵਿੱਚ ਉਹਨੂੰ ਕਲਮ ਬੰਦ ਕਰ ਦਿੱਤਾ ਹੋਵੇ ਕਿਸੇ ਨਜ਼ਦੀਕੀ ਨੂੰ ਤੇ ਅਗਲਾ ਪੁਆਇੰਟ ਦੇਖੋ ਇਹਦਾ ਇਸ ਕਿਸੇ ਦੀ ਹਾਰਮਨ ਪਿਆਰਤਾ ਦਾ ਇੱਕ ਕਾਰਨ ਹੋਰ ਵੀ ਹੈ ਵੀ ਜਿਹਦੇ ਵਿੱਚ ਕੀ ਹੈ ਵੀ ਇਹਦੇ ਪਾਤਰ ਚਿੱਤਰਣ ਤੇ ਕਿਸੇ ਦੇ ਜਿਹੜੇ ਪਾਤਰ ਹੈ ਉਹ ਵੱਖੋ-ਵੱਖਰੀਆਂ ਸ਼ਖਸੀਅਤਾਂ ਦੇ ਮਾਲਕ ਹੈ ਕਿੰਨੇ ਪਾਤਰ ਦੱਸਿਆ ਇਹਦੇ ਵਿੱਚ 22 ਪਾਤਰ ਹੈ ਇਹਦੇ ਠੀਕ ਹੈ ਉਹ ਸਾਰੇ ਅਲੱਗ-ਲੱਗ ਸ਼ਖਸੀਅਤਾਂ ਦੇ ਮਾਲਕ ਦਿਖਾਏ ਇਹਨੇ ਆਪਦੇ ਕਿਸੇ ਦੇ ਵਿੱਚ ਠੀਕ ਹੈ ਤੇ ਕਿਸੇ ਕਵੀ ਨੂੰ ਵੀ ਪ੍ਰਸਿੱਧ ਕਰਨ ਦੇ ਲਈ ਉਸ ਵੱਲੋਂ ਵਰਤੀ ਗਈ ਭਾਸ਼ਾ ਜਿਹੜੀ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹਰ ਇੱਕ ਚੀਜ਼ ਥਾਂ ਦੇ ਵਿੱਚ ਠੀਕ ਹੈ ਜਦੋਂ ਉਹਦਾ ਮਤਲਬ ਉਹਦੀ ਭਾਸ਼ਾ ਜਿਹੜੀ ਜੇ ਉਹਦੀ ਸਮਝ ਸਾਰੇ ਲੋਕਾਂ ਨੂੰ ਆ ਗਈ ਤੇ ਇਹਦਾ ਮਤਲਬ ਕੀ ਹੈਗਾ ਵੀ ਉਹਦਾ ਕਿੱਸਾ ਜਿਹੜਾ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਜਾਂ ਉਹਦੀ ਰਚਨਾ ਜਿਹੜੀ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਤੇ ਵਾਰਿਸ ਦੀ ਰਚਨਾ ਜਿਹੜੀ ਇਸ ਅੰਦਰ ਅਲੰਕਾਰਾਂ ਦੀ ਵੀ ਪਰਮਾਰ ਮਿਲਦੀ ਹੈ ਕਾਲੀਦਾਸ ਵਾਂਗੂ ਵਾਰਿਸ ਸਾਹ ਵੀ ਉਪਮਾਵਾਂ ਦਾ ਬਾਦਸ਼ਾਹ ਠੀਕ ਹੈ ਇਹ ਉਪਮਾਵਾਂ ਆਮ ਤੌਰ ਤੇ ਜੀਵਨ ਦੇ ਚੁਗਿਰਦੇ ਵਿੱਚੋਂ ਤੇ ਵਿਸ਼ੇਸ਼ ਕਰਕੇ ਇਤਿਹਾਸਿਕ ਜਾਂ ਕਦੀ ਕਦੀ ਮਿਥਿਹਾਸਿਕ ਸਾਖਾਂ ਵਿੱਚੋਂ ਵੀ ਲਈਆਂ ਗਈਆਂ ਠੀਕ ਹੈ ਇਸ ਕਰਕੇ ਕੀ ਹੈ ਇਹ ਬਹੁਤ ਹੀ ਵਧੀਆ ਜ ਜਨ ਇਹਨੂੰ ਆਪਾਂ ਕਹਿ ਸਕਦੇ ਹਾਂਗੇ ਵੀ ਇਹ ਜਿਹੜੀ ਇਹਨੇ ਵਧੀਆ ਸ਼ੈਲੀ ਵਰਤੀ ਆ ਜਾਇਨ ਜਿਹੜੀ ਕਹਾਣੀ ਦਿਖਾਈ ਆ ਉਹ ਸਾਰੀ ਬਹੁਤ ਹੀ ਵਧੀਆ ਤੇ ਬਹੁਤ ਹੀ ਵਧੀਆ ਇੱਕ ਇਹ ਰਚਨਹਾਰਾ ਸੀਗਾ ਠੀਕ ਹੈ ਇਹਨੇ ਬਹੁਤ ਵਧੀਆ ਕਿੱਸਾ ਰਚਿਆ ਉਦੋਂ ਅੱਗੇ ਦੇਖੋ ਹੀਰ ਰਾਂਝੇ ਦੇ ਕਿੱਸੇ ਵਿੱਚ ਮਿਲਦੇ ਵਾਰਿਸ ਸ਼ਾਹ ਦੇ ਨਿੱਜੀ ਜੀਵਨਾਂਸ਼ ਨਿੱਜੀ ਜੀਵਨ ਅੰਸ਼ ਜ ਜਿਹਨ ਉਹਦੇ ਆਪ ਦੇ ਸਬੰਧ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਮਿਲਦੇ ਅੰਸ਼ ਜਿਵੇਂ ਹੀਰ ਰਾਂਝੇ ਦਾ ਕਿੱਸਾ ਦਮੋਦਰ ਤੇ ਉਸ ਤੋਂ ਪਹਿਲਾਂ ਕਈ ਹੋਰ ਕਿੱਸਾ ਕਰ ਲਿਖ ਚੁੱਕੇ ਸਨ ਇਸ ਕਰਕੇ ਅਸੀਂ ਇਸ ਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਵਾਰਿਸ ਦੀ ਆਪ ਬੀਤੀ ਹੈ ਕਿ ਇਸ ਦਾ ਹਾਂ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਵੀ ਵਾਰਿਸ ਸ਼ਾਹ ਨੂੰ ਹੀਰ ਰਾਂਝੇ ਦੀ ਕਹਾਣੀ ਪਸੰਦ ਆਈ ਹੋਵੇ ਤੇ ਉਸ ਨੂੰ ਲੱਗਿਆ ਹੋਵੇ ਕਿ ਕਈ ਘਟਨਾਵਾਂ ਅਜਈਆਂ ਹਨ ਜੋ ਉਸ ਦੇ ਜੀਵਨ ਨਾਲ ਮਿਲਦੀਆਂ ਹਨ ਇਸ ਲਈ ਉਸਨੇ ਕਿੱਸਾ ਲਿਖਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੋਵੇ ਕਿਉਂਕਿ ਜਿਵੇਂ ਭਰਾ ਭੜਾਈਆਂ ਤੋਂ ਤੰਗ ਆ ਕੇ ਰਾਂਝਾ ਘਰ ਛੱਡ ਕੇ ਚਲਾ ਗਿਆ ਸੀ ਉਸੇ ਤਰ੍ਹਾਂ ਹੀ ਕਿਹਾ ਦੱਸਿਆ ਗਿਆ ਵੀ ਵਾਰਿਸਾ ਜਿਹੜਾ ਉਹ ਵੀ ਭਰਾ ਭੜਾਈਆਂ ਤੋਂ ਤੰਗ ਆ ਕੇ ਘਰ ਛੱਡ ਕੇ ਕਸੂਰ ਆ ਗਿਆ ਸੀਗਾ ਠੀਕ ਆ ਕਸੂਰ ਚਲਾ ਗਿਆ ਸੀ ਤੇ ਵਾਰਿਸ ਨੂੰ ਇਹ ਵੀ ਲੱਗਿਆ ਹੋਵੇ ਕਿ ਜਿਵੇਂ ਉਹਦਾ ਬਚਪਨ ਆ ਦੁੱਖਾਂ ਮਤਲਬ ਉਹਦਾ ਬਚਪਨ ਆ ਜਿਹੜਾ ਉਹ ਵੀ ਰਾਂਝੇ ਵਾਂਗੂ ਦੁੱਖਾਂ ਭਰਿਆ ਹੀ ਸੀਗਾ ਠੀਕ ਹੈ ਇਸ ਲਈ ਉਸਨੇ ਹੀਰ ਦਾ ਕਿੱਸਾ ਲਿਖ ਦਿੱਤਾ ਤੇ ਇਸ ਨੂੰ ਲਿਖਣ ਦੇ ਲਈ ਉਸ ਨੂੰ ਕਈ ਕੋਈ ਖਾਸ ਕਟਨਾਈਆਂ ਤਾਂ ਆਈਆਂ ਨਹੀਂ ਹੋਣੀਆਂ ਕਿਉਂਕਿ ਕਿੱਸਾ ਜਿਹੜਾ ਉਹ ਪਹਿਲਾਂ ਹੀ ਮੌਜੂਦ ਸੀਗਾ ਤੇ ਪਰ ਇੱਥੇ ਪ੍ਰਸ਼ਨ ਇਹ ਉੱਠਦਾ ਹੈ ਸਾਡੇ ਕੋਲੇ ਕਿ ਉਸ ਦੇ ਕਿੱਸੇ ਅੰਦਰ ਇਹਨਾਂ ਸੋਜ਼ ਕਿਸ ਤਰ੍ਹਾਂ ਆਇਆ ਕਿ ਉਹ ਵਿਸ਼ਕ ਰਸ਼ਕਾਰ ਸੀਗਾ ਜਾਂ ਫਿਰ ਉਸ ਦੇ ਕਿੱਸੇ ਅੰਦਰ ਕਈ ਥਾਵਾਂ ਤੇ ਉਹਨੇ ਮਤਲਬ ਇਹ ਭਾਗ ਭਰੀਏ ਸ਼ਬਦ ਆਉਂਦਾ ਤੇ ਕਈ ਆਲੋਚਕ ਤਾਂ ਇਹ ਗੱਲ ਕਹਿੰਦੇ ਵੀ ਭਾਗ ਭਰੀ ਦੇ ਨਾਲ ਉਹਦਾ ਇਸ਼ਕ ਸੀਗਾ ਤੇ ਜਿਸ ਨੇ ਉਸ ਨੂੰ ਹੀਰ ਦਾ ਕਿੱਸਾ ਲਿਖਣ ਦੇ ਲਈ ਪ੍ਰੇਰਿਆ ਠੀਕ ਹੈ ਤੇ ਵਾਰਿਸ ਹੀਰ ਲਿਖਣ ਵਿੱਚ ਸਫਲ ਵੀ ਇਸੇ ਕਰਕੇ ਹੋਇਆ ਕਿਉਂਕਿ ਉਹ ਆਪ ਪ੍ਰੇਮਗੁਟ्ठा ਸੀ ਤੇ ਕਈ ਕਹਿੰਦੇ ਆ ਕਿ ਉਹ ਮਤਲਬ ਕਹਿੰਦੇ ਹਨ ਕਿ ਉਹ ਰੋਮਾਂਟਿਕ ਸੁਭਾਅ ਦਾ ਸੀ ਇਸ ਲਈ ਉਸ ਨੇ ਵਧੀਆ ਕਿੱਸਾ ਲਿਖਤਾ ਠੀਕ ਹੈ ਇਸ ਤੋਂ ਬਿਨਾ ਮੈਂ ਤੁਹਾਨੂੰ ਇੱਕ ਉਦਾਹਰਣ ਦੱਸਾਂ ਵੀ ਡਾਕਟਰ ਜੀਤ ਸਿੰਘ ਸੀਤਲ ਕੀ ਕਹਿੰਦੇ ਆ ਉਹਨਾਂ ਨੇ ਕਿਹਾਗਾ ਵੀ ਹੀਰ ਦਾ ਕਿੱਸਾ ਜਿਹੜਾ ਵਾਰਿਸ ਨੇ ਅੱਧ ਖੜ ਉਮਰ ਦੇ ਵਿੱਚ ਲਿਖਿਆ ਤੇ ਅੱਧ ਖੜ ਉਮਰ ਦੇ ਵਿੱਚ ਵਾਰਿਸ ਵਧੀਆ ਕਿੱਸਾ ਕਿਸ ਤਰ੍ਹਾਂ ਲਿਖ ਸਕਦਾ ਜਣੀ ਇੱਕ ਰੋਮਾਂਟਿਕ ਕਿੱਸਾ ਜਿਹੜਾ ਉਹ ਇੰਨਾ ਵਧੀਆ ਕਿਵੇਂ ਲਿਖ ਸਕਦਾ ਜਵਾਨੀ ਵਿੱਚ ਤੋਂ ਮੰਨ ਲਿਆ ਕਿ ਰੋਮਾਂਟਿਕ ਹੋ ਸਕਦਾ ਤੇ ਜੋ ਉਦੋਂ ਕਿੱਸਾ ਲਿਖਦਾ ਤਾਂ ਉਹ ਤਾਂ ਹੋਰ ਗੱਲ ਸੀ ਤੇ ਅਧਖੜ ਉਮਰ ਵਿੱਚ ਜੇ ਕਿੱਸਾ ਲਿਖਿਆ ਲਿਖਿਆ ਤਾਂ ਜਾ ਸਕਦਾ ਪਰ ਜੇਕਰ ਉਸ ਦੇ ਅੰਦਰ ਨਿੱਜੀ ਇਸ਼ਕ ਦਾ ਦਰਦ ਹੁੰਦਾ ਤਾਂ ਤੇ ਇੰਨਾ ਸੋਹਣਾ ਤੇ ਰਸ ਭਰਪੂਰ ਕਿੱਸਾ ਵਾਰਿਸ ਬਿਨਾਂ ਕਿਸੇ ਇਸ਼ਕ ਦੇ ਤਜਰਬੇ ਦੇ ਲੇਖੀ ਨਹੀਂ ਸਕਦਾ ਠੀਕ ਹੈ ਤੇ ਹੋ ਸਕਦਾ ਵੀ ਬਾਰਿਸ ਨੇ ਆਪਣੀ ਮਹਿਬੂਬ ਦਾ ਅਸਲ ਨਾਂ ਛੁਪਾ ਲਿਆ ਹੋਵੇ ਤੇ ਕੇਵਲ ਭਾਗਪ੍ਰੀਅ ਸ਼ਬਦ ਹੀ ਵਰਤਿਆ ਹੋਵੇ ਠੀਕ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਮਤਲਬ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕਿਸੇ ਹਿਸਾਬ ਨਾਲ ਕਿਹਾ ਵੀ ਉਹਨੇ ਕਦੋਂ ਲਿਖਿਆ ਜਾਂ ਕਿਵੇਂ ਲਿਖਿਆ ਕਿਸੇ ਨੇ ਕਿਸੇ ਹਿਸਾਬ ਦੇ ਨਾਲ ਕਿਹਾ ਵੀ ਜਾਨੀ ਇਹ ਸਾਰੇ ਸ਼ਬਦ ਦੇ ਅੰਦਾਜ਼ੇ ਨੇ ਠੀਕ ਹੈ ਵੀ ਭਾਗਪ੍ਰੀਅ ਸ਼ਬਦ ਕਿਹਾ ਵੀ ਉਹਨੇ ਹੋ ਸਕਦਾ ਆਪਦੀ ਮਹਿਬੂਬਾ ਦਾ ਨਾਮ ਹੈ ਜਿਹੜਾ ਉਹ ਛੁਪਾ ਲਿਆ ਹੋਵੇ ਤਾਂ ਕਰਕੇ ਉਹਨੇ ਕਿਹਾ ਠੀਕ ਹੈ ਤੇ ਜਾਂ ਫਿਰ ਉਸ ਨੂੰ ਰਾਂਝੇ ਦਾ ਪ੍ਰਚਲਿਤ ਕਿੱਸੇ ਅੰਦਰ ਵੀ ਆਪਣੇ ਜੀਵਨ ਨਾਲ ਮਿਲਦੀਆਂ ਕੁਝ ਗੱਲਾਂ ਦੇਸੀਆਂ ਹੋਣ ਤਾਂ ਕਰਕੇ ਉਹਨੇ ਕੁਝ ਗੱਲਾਂ ਆਪਦੇ ਕੋਲੋਂ ਜੋੜ ਕੇ ਤੇ ਨਿੱਜੀ ਇਸ਼ਕ ਦੇ ਪ੍ਰਗਟਾਵੇ ਲਈ ਉਸਨੇ ਇਹ ਕਿੱਸੇ ਨੂੰ ਮਾਧਿਅਮ ਬਣਾ ਲਿਆ ਆਪਦਾ ਠੀਕ ਹੈ ਤੇ ਇਸ ਤੋਂ ਬਿਨਾਂ ਇਹਨੇ ਥੋੜੀਆਂ ਜੀਆਂ ਹੋਰ ਰਚਨਾਵਾਂ ਲਿਖੀਆਂ ਜਿਹੜੀਆਂ ਮਤਲਬ ਕੱਲਾ ਹੀਰ ਰਾਂਝੇ ਦਾ ਕਿੱਸਾ ਤਾਂ ਇਸਦਾ ਬਹੁਤ ਜ਼ਿਆਦਾ ਮਸ਼ਹੂਰ ਹੈ ਪਰ ਇਸ ਤੋਂ ਬਿਨਾਂ ਇਹਨੇ ਹੋਰ ਰਚਨਾਵਾਂ ਲਿਖੀਆਂ ਜਿਹੜੀਆਂ ਦੇਖੋ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸਿਹਰ ਫਿਲਹੌਰ ਮਹਿਰਾਜ਼ਨਾਮਾ 도ੜੇ ਇਹ ਲਿਖਿਆ ਤੇ ਜਯਾ ਮੁਹੰਮਦ ਨੇ ਵਾਰਿਸ ਦੀ ਇੱਕ ਹੋਰ ਰਚਨਾ ਜੋ ਹੈ ਟੜੀ ਨਾਮਾ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹਨੇ ਦੱਸਿਆਗਾ ਵੀ ਇਹ ਉਹਨੇ ਆਪਣੀ ਲਿਖਤ ਯਾਦਗਾਰੀ ਵਾਰਿਸ ਵਿੱਚ ਲਿਖਿਆਗਾ ਵੀ ਉਹਨੇ ਇੱਕ ਇਹ ਰਚਨਾ ਵੀ ਰਚੀ ਸੀਗੀ ਚਹੇਟੜੀ ਨਾਮਾ ਵਾਰਿਸ ਨੇ ਠੀਕ ਹੈ ਤੇ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸ਼ੇਅਰ ਵੀ ਕਰਨਾ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਕੋਲੇ ਵੀ ਪਹੁੰਚ ਸਕੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ